This is Sherry Punjab Radio AM 600 Vancouver. ਅੱਜ ਤੁਹਾਨੂੰ ਮੈਂ ਇੱਕ ਝਲਕ ਦੇਣੀ ਹੈ, ਝਲਕ ਨਹੀਂ ਦੇਣੀ, ਅੱਜ ਇੱਕ ਨਕਸ਼ਾ ਤੁਹਾਡੇ ਲਈ ਖਿੱਚਣਾ। ਝਲਕ ਤਾਂ ਮੈਂ ਹਰ ਰੋਜ਼ ਦਿੰਦਾ ਕਿ ਸਾਡੇ ਪਰਿਵਾਰਾਂ ਨਾਲ ਇਹ ਕੰਸਲਟੈਂਟ ਕੀ ਕਰ ਰਹੇ ਨੇ। ਪਹਿਲਾਂ ਸਿਮਰ ਹੋਰੀ ਮੇਰੇ ਨਾਲ ਗੱਲਬਾਤ ਕਰਨਗੇ, ਜਿਹੜੇ ਆਪ ਵਿਕਟਿਮ ਨੇ ਇਹਨਾਂ ਪਰਿਵਾਰ ਦੇ ਨਾਲ, ਇਟਲੀ ਤੋਂ ਆ ਕੇ ਸਟੇਟਸ ਲੈਸ ਹੋ ਗਏ, ਇਟਲੀ ਦੀ ਇਮੀਗ੍ਰੇਸ਼ਨ ਛੱਡਤੀ, ਇੱਥੇ ਕੱਖ ਨਹੀਂ ਮਿਲਿਆ, ਕਿਸ ਤਰ੍ਹਾਂ ਕੰਸਲਟੈਂਟਸ ਨੇ ਕਦੇ 40,000 ਕਦੇ 50,000 ਲੈ ਕੇ ਜਵਾਕ ਵੱਡੇ ਹੋ ਰਹੇ ਨੇ, ਕੋਲ ਕੋਈ ਪਾਸਪੋਰਟ ਨਹੀਂ, ਨਾ ਇਟਲੀ ਜੋਗੇ, ਨਾ ਭਾਰਤ ਜੋਗੇ, ਨਾ ਕੈਨੇਡਾ ਜੋਗੇ। ਅਤੇ ਉਸ ਤੋਂ ਬਾਅਦ ਫਿਫਥ ਸਟੇਟ ਮਾਰਕ ਕੈਲੀ ਨੇ ਜਿਹੜਾ 40 ਮਿੰਟ ਦੀ ਵੀਡੀਓ ਦਿੱਤੀ ਹੈ, ਜਿਹਦੇ ਵਿੱਚ ਵਿਦਿਆਰਥੀਆਂ ਦਾ ਕੀ ਹਾਲ ਹੈ, ਪੰਜਾਬ ਦੇ ਪਿੰਡਾਂ ਦੇ ਵਿੱਚ ਉਹਦਾ ਕੈਮਰਾ CBC ਦਾ ਗਿਆ, ਅਤੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿੱਥੇ ਕੰਸਲਟੈਂਟ 10,000 ਦੇ ਕਰੀਬ ਕੰਸਲਟੈਂਟ ਨੇ, ਅਤੇ ਇੱਕ ਬਹੁਤ ਵੱਡੀ ਕੰਪਨੀ ਅਪਲਾਈ ਬੋਰਡ, ਜਿਹੜੇ ਜਿਨ੍ਹਾਂ ਦੇ 3 ਭਰਾਵਾਂ ਨੇ ਆ ਕੇ ਇਸ ਨੂੰ ਸ਼ੁਰੂ ਕੀਤਾ ਕਿਚਨਰ ਦੇ ਵਿੱਚ, ਉਹਦੇ ਕੋਲ 10,000 ਸਬ ਏਜੰਟ ਨੇ ਜਿਹੜੇ ਦੁਨੀਆ ਦੇ ਵਿੱਚੋਂ ਸਟੂਡੈਂਟਾਂ ਨੂੰ ਲੈ ਕੇ ਆਉਂਦੇ ਨੇ। ਅਪਲਾਈ ਬੋਰਡ ਦੀ ਇੱਕ ਐਡਵਰਟਾਈਜ਼ਮੈਂਟ ਦੇ ਵਿੱਚ ਉਹ ਗੱਲਬਾਤ ਕਰ ਰਹੇ ਨੇ, ਬਹੁਤ ਲੁਭਾਉਣੀਆਂ ਉਹ ਬਣਾਉਂਦੇ ਨੇ, ਅਤੇ ਜਸਟਿਨ ਟਰੂਡੋ ਵੀ ਖੜ੍ਹਾ ਉਹਨਾਂ ਦੇ ਮਾਲਕਾਂ ਦੇ ਨਾਲ ਇੱਕ ਜਗ੍ਹਾ। ਸੋ ਇਹ ਗੋਰਖ ਧੰਦਾ ਕੀ ਹੈ, ਇਸ ਦੀ ਗੱਲਬਾਤ ਪਹਿਲਾਂ ਸਿਮਰ ਹੋਣਾ ਨਾਲ ਕਰਾਂਗੇ। ਅਤੇ ਗੱਲਬਾਤ ਕਰਦਿਆਂ ਇਮੀਗ੍ਰੇਸ਼ਨ ਦੇ ਵਿੱਚ ਕੀ ਹੋ ਰਿਹਾ, ਲੋਕ ਕੀ ਕਰ ਰਹੇ ਨੇ, ਸਰਕਾਰਾਂ ਕੀ ਕਰ ਰਹੇ ਨੇ। ਸਿਮਰ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ? ਪਹਿਲਾਂ ਤਾਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਕਿ ਤੁਸੀਂ ਮੌਕਾ ਦਿੱਤਾ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦੀ। ਸੋ ਪਹਿਲਾਂ ਤਾਂ ਥੈਂਕ ਯੂ ਹੈ ਤੁਹਾਡਾ ਬਹੁਤ ਬਹੁਤ ਸਾਰੀ ਟੀਮ ਦਾ। ਧੰਨਵਾਦ ਜੀ। ਸ਼ੇਰੇ ਪੰਜਾਬ ਰੇਡੀਓ ਆਪਣਾ 600 AM ਹੈ, ਅਤੇ ਧੰਨਵਾਦ ਤੁਹਾਡਾ ਜੁਆਇਨ ਕਰਨ ਲਈ। ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਜੀ, ਆਪਣਾ ਪਿੰਡ ਨੌਂ ਤੇ ਕਿਹੜੇ ਸਾਲ 'ਚ ਇਟਲੀ ਤੋਂ ਇੱਥੇ ਆਏ? ਸੋ ਮੇਰਾ ਨਾਮ ਭਾਜੀ ਸਿਮਰ ਹੈਗਾ ਆ। ਅਸੀਂ ਇਟਲੀ ਤੋਂ ਮੂਵ ਹੋਈ ਸੀਗੀ, ਮੈਂ 2014 ਦੇ ਵਿੱਚ ਕੱਲੀ ਆਈ ਸੀਗੀ। ਉਸ ਤੋਂ ਬਾਅਦ 15 'ਚ ਅਸੀਂ ਵਰਕ ਪਰਮਿਟ ਲਿਆ, ਵਰਕ ਪਰਮਿਟ ਲੈ ਕੇ ਉਸ ਤੋਂ ਬਾਅਦ ਕੰਟੀਨਿਊ ਸਟਰਗਲ ਚੱਲੀ ਗਈ ਹੈ ਨਾ, ਕਿਉਂਕਿ ਆਏ 2 ਸਾਲ ਆਪਣੇ ਪਰਮਿਟ ਮੁੱਕਦੇ, ਆਪਾਂ ਨੂੰ ਫਿਰ ਪੈਸੇ ਦੇਣੇ ਪੈਂਦੇ ਆ, ਪਰਮਿਟ ਰਿਨਿਊ ਕਰਾਉਣੇ ਪੈਂਦੇ ਆ। ਜੇ ਇੰਪਲੋਇਰ ਚੰਗਾ ਹੈਗਾ ਆ ਤੇ ਆਪਾਂ ਨੂੰ ਹੋ ਸਕਦਾ ਫ੍ਰੀ LMI ਮਿਲ ਜੇ, ਜੇ ਇੰਪਲੋਇਰ ਨਹੀਂ ਹੈਗਾ ਤੇ ਉਹਨੇ ਸਿੱਧਾ ਕਹਿਣਾ ਸਾਡੇ ਕੰਸਲਟੈਂਟ ਨਾਲ ਗੱਲ ਕਰੋ, ਜੋ ਕਰਨਾ ਆ ਕੰਸਲਟੈਂਟ ਕਰੂਗਾ। ਔਰ ਤੁਹਾਨੂੰ ਪਤਾ ਕਿ ਕੰਸਲਟੈਂਟ ਦੇ ਰੇਟ ਜਿਹੜੇ ਹੈਗੇ ਆ 30, 35, 40, 50, 60, 80 ਤੱਕ ਵੀ ਰੇਟ ਚੱਲਦੇ ਇਹਨਾਂ ਦੇ। ਸੋ ਪਹਿਲੀ ਵਾਰ ਤੁਸੀਂ ਵਰਕ ਪਰਮਿਟ ਤੇ ਆਏ ਇਕੱਲੇ? ਮੈਂ ਆਈ ਸੀਗੀ ਵਿਜ਼ਟਰ, ਵਿਜ਼ਟਰ ਆ ਕੇ ਮੈਨੂੰ ਥੋੜਾ ਜਿਹਾ ਸਿਸਟਮ ਵਧੀਆ ਲੱਗਿਆ ਹੈ ਨਾ, ਬੱਚਿਆਂ ਕਰਕੇ ਮੂਵ ਔਨ ਕੀਤਾ ਸੀਗਾ। ਪਰ ਜਦੋਂ ਆ ਕੇ ਇੱਥੋਂ ਦਾ ਸਿਸਟਮ ਦੇਖਿਆ, ਕੰਨਾਂ ਨੂੰ ਹੱਥ ਲਵਾਤੇ ਇਹਨਾਂ ਨੇ, ਬਹੁਤ ਗੰਦਾ ਸਿਸਟਮ ਹੈ, ਇੰਨਾ ਕੁ ਗੰਦਾ ਜਿੰਨਾ ਕੁ ਸੋਚਦੇ ਸੀ ਨਾ ਕਿ ਕੈਨੇਡਾ ਦਾ ਨਾਂ ਹੋਊਗਾ। ਮੁਲਕ ਸੋਹਣਾ ਆ, ਨੋ ਡਾਊਟ, ਪਰ ਜਿਹੜਾ ਅੰਦਰਲਾ ਸਿਸਟਮ ਹੈ ਉਹ ਕਰਪਟ ਹੋ ਚੁੱਕਿਆ ਆ, ਉਹ ਚ ਹੈ ਨੀ ਕੁਛ ਵੀ ਹੁਣ। ਜਦ ਤੁਸੀਂ ਆਏ ਕਿੰਨਾ ਚਿਰ ਬਾਅਦ ਫੈਮਿਲੀ ਨੇ ਜੁਆਇਨ ਕੀਤਾ ਤੁਹਾਨੂੰ, ਬੱਚਿਆਂ ਨੇ, ਤੇ ਬੱਚੇ ਕਿੰਨੀ ਉਮਰ ਦੇ ਸੀ? ਜਦੋਂ ਮੈਂ ਆਈ ਸੀ ਮੇਰੀ ਬੇਟੀ 6 ਮਹੀਨੇ ਸੀ, ਮੈਂ ਛੱਡ ਕੇ ਆਈ ਸੀ, ਬੇਟਾ ਮੇਰਾ ਹੋਣਾ ਆ ਆਲਮੋਸਟ 6 ਜਾਂ 7 ਸਾਲ ਦਾ ਹੋਊਗਾ। ਸੋ 2018 'ਚ ਜਾ ਕੇ ਫੈਮਿਲੀ ਆਈ ਸੀ, 4 ਸਾਲਾਂ ਬਾਅਦ। ਤੇ ਉੱਥੇ ਜਦ ਤੁਸੀਂ ਆਏ ਕੀ ਸਟੇਟਸ ਸੀ ਆਪਣੇ ਕੋਲ ਇਟਲੀ ਦਾ? ਇਟਲੀ ਦੇ ਕੋਲ ਸਾਡੇ ਕੋਲ ਉੱਥੋਂ ਦੀ PR ਸੀ, ਜਿੱਦਾਂ ਸੁਜੋਰਨ ਜਿੱਦਾਂ ਆਪਣੇ ਇੱਥੇ ਕਹਿ ਦਿੰਦੇ ਆ ਕਿ PR ਕਾਰਡ ਆ ਸਾਡੇ ਕੋਲ। ਉੱਥੇ ਇੱਕ ਸੁਜੋਰਨ ਹੁੰਦੀ ਹੈ ਜਿਹੜੀ ਅਨਲਿਮਿਟਡ ਹੁੰਦੀ ਆ, ਉਹਦਾ ਕੋਈ ਟਾਈਮ ਪੀਰੀਅਡ ਨਹੀਂ ਹੁੰਦਾ, ਉਹਨਾਂ ਦਾ ਟੈਸਟ ਕਲੀਅਰ ਕਰਨਾ ਪੈਂਦਾ, ਉਸ ਤੋਂ ਬਾਅਦ ਅਸੀਂ ਅਪਲਾਈ ਕਰ ਸਕਦੇ ਹਾਂ। ਤੇ ਸਿਮਰ, ਤੁਹਾਡੀ ਬੋਲੀ, ਤੁਹਾਡੇ ਐਕਸੈਂਟ ਤੋਂ ਲੱਗਦਾ ਤੁਸੀਂ ਖਾਸਾ ਪੜ੍ਹੇ ਲਿਖੇ ਹੋ, ਤੇ ਉੱਥੇ ਜ਼ਿੰਦਗੀ ਇਟਲੀ ਦੇ ਵਿੱਚ ਵਧੀਆ ਨਹੀਂ ਸੀ ਜਦ ਤੁਸੀਂ ਇੱਥੇ ਨੂੰ ਆਏ? ਭਾਜੀ ਬਹੁਤ ਵਧੀਆ ਸੀ, ਉਹੀ ਕਹਿੰਦੇ ਆ ਨਾ ਕਿ ਉਹ ਦੂਰੋਂ ਬੈਠਣ ਤੋਂ ਸੋਹਣਾ ਲੱਗਦਾ ਆ, ਹੈ ਨਾ, ਕਿ ਉਹ ਹੁੰਦਾ ਕਿ ਨਹੀਂ ਜਾ ਕੇ ਦੇਖੇ ਕੀ ਚੀਜ਼ ਆ। ਘਰਦਿਆਂ ਨੇ ਬਹੁਤ ਕਿਹਾ ਸੀ ਤੂੰ ਰਹਿਣ ਦੇ ਨਾ ਜਾ, ਮੈਂ ਕਿ ਨਹੀਂ ਜਾਣਾ ਆ ਬੱਚਿਆਂ ਕਰਕੇ, ਕਿਉਂਕਿ ਉੱਥੇ ਇੱਕ ਥੋੜੀ ਜਿਹੀ ਲੈਂਗੁਏਜ ਦਾ ਇਸ਼ੂ ਹੁੰਦਾ ਆ, ਕਿਉਂਕਿ ਉਹਨਾਂ ਦੇ ਸਾਨੂੰ ਪਹਿਲਾਂ ਸਾਰੇ ਟੈਸਟ ਕਲੀਅਰ ਕਰਨੇ ਪੈਂਦੇ ਆ। ਸੋ ਜਦੋਂ ਅਸੀਂ ਟੈਸਟ ਕਲੀਅਰ ਕਰਦੇ ਆ ਇਟਾਲੀਅਨ ਵਾਲਿਆਂ ਦੇ, ਤੇ ਫਿਰ ਜਾ ਕੇ ਅਸੀਂ ਕੋਈ ਵਧੀਆ ਜੋਬ ਤੇ ਲੱਗ ਸਕਦੇ ਹਾਂ ਉੱਥੇ। ਅੱਛਾ ਜੀ। ਉਸ ਚੀਜ਼ ਕਰਕੇ ਇੱਥੇ ਮੂਵ ਔਨ ਕੀਤਾ ਸੀ ਕਿ ਚੱਲ ਬੱਚਿਆਂ ਦਾ ਫਿਊਚਰ ਵਧੀਆ ਬਣ ਜੂਗਾ, ਬੱਚੇ ਕੁਛ ਪੜ੍ਹ ਲਿਖ ਜਾਣਗੇ। ਪਰ ਜਦੋਂ ਇੱਥੋਂ ਆ ਕੇ ਦੇਖਿਆ ਸਿਸਟਮ ਟੋਟਲੀ ਡਿਫਰੈਂਟ ਹੈ, ਟੋਟਲੀ ਡਿਫਰੈਂਟ ਹੈ ਇੱਥੇ ਆ ਕੇ। ਸੋ ਪਹਿਲਾਂ ਤੁਸੀਂ ਵਰਕ ਪਰਮਿਟ ਤੇ ਆਏ, ਬੱਚਿਆਂ ਨੇ ਜੁਆਇਨ ਕਰ ਲਿਆ, ਉੱਥੋਂ ਫਿਰ ਕਹਾਣੀ ਦੱਸਿਓ ਜੀ, ਵੀ ਰੌਲਾ ਕਿੱਥੇ ਆ ਤੇ ਕਿੱਥੇ ਗੱਲ ਖੜੀ ਆ ਅੱਜ ਐਜ਼ ਇਟ ਇਜ਼ ਟੁਡੇ। ਪ੍ਰੋਬਲਮ ਇਹ ਆਉਂਦੀ ਹੈ ਭਾਜੀ ਕਿ ਜਿੱਦਾਂ
ਉੱਥੇ ਸਿਸਟਮ ਇਹ ਹੁੰਦਾ ਹੈਗਾ ਕਿ ਜਦੋਂ ਅਸੀਂ ਵਰਕ ਪਰਮਿਟ ਲੈਂਦੇ ਹੈ ਨਾ, ਸਾਨੂੰ ਗੌਰਮੈਂਟ ਤੋਂ ਲੈਣਾ ਪੈਂਦਾ, ਨਾ ਕਿ ਅਸੀਂ ਕਿਸੇ ਇੰਪਲਾਇਰ ਨੂੰ ਜਾ ਕੇ ਆ 25,000 ਤੇ 30,000 ਦੀ ਚੋਰ ਬਜਾਰੀ ਕਰਦੇ ਹਾਂ। ਠੀਕ ਆ, ਕੈਨੇਡਾ ਦਾ ਸਿਸਟਮ ਕੀ ਹੈਗਾ ਕਿ ਜੇ ਅਸੀਂ LMI ਲੈਣੇ ਹੈਗੇ ਆ, ਸਾਨੂੰ ਕੰਸਲਟੈਂਟ ਦੇ ਬੂਹੇ ਚੜ੍ਹਨਾ ਪੈਂਦਾ, ਇਹਨਾਂ ਕੋਲੋਂ ਪੈਸੇ ਦੇਣੇ ਪੈਂਦੇ, ਇਹ ਕੁਛ ਕਰਦੇ ਆ। ਸੋ ਸਾਡਾ ਸਵਾਲ ਗੌਰਮੈਂਟਾਂ ਨੂੰ ਇਹ ਆ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਇੰਨੀ ਸੋਹਣੀ ਕੰਟਰੀ ਆ, ਤੁਹਾਡਾ ਸਿਸਟਮ ਇੱਦਾਂ ਦਾ ਹੈਗਾ ਆ, ਸੋ ਤੁਸੀਂ ਇਹ ਚੀਜ਼ਾਂ ਕਿਉਂ ਨੀ ਲੋਕਾਂ ਨੂੰ ਦਿੰਦੇ? ਤੁਸੀਂ ਆਪਣੀ ਜਿਹੜੀ ਭਾਗ ਦੌੜ ਹੈਗੀ, ਜਿਹੜੀ ਤੁਹਾਡੀ ਮੇਨ ਚੀਜ਼ ਆ, ਉਹ ਤੁਸੀਂ ਕੰਸਲਟੈਂਟ ਨੂੰ ਕਿਉਂ ਫੜਾਈ, ਵੇਚਣ ਵਾਸਤੇ ਕਿਉਂ ਰੱਖਿਆ ਹੋਇਆ? ਜਿਹੜੀ LMI ਦਾ ਰੇਟ ਹੈਗਾ ਆ 1,000-1,200 ਦੇ ਵਿੱਚ ਗੌਰਮੈਂਟ ਪਰਮਿਸ਼ਨ ਦਿੰਦੀ ਆ, ਉਹਦੇ ਵਿੱਚ ਅਸੀਂ ਭਾਵੇਂ 10 LMI ਆ ਆਪਣੀ ਅਪਲਾਈ ਕਰ ਲਈਏ, ਭਾਵੇਂ ਅਸੀਂ 15 ਅਪਲਾਈ ਕਰ ਲਈਏ ਉਸ ਫੀਸ ਦੇ ਵਿੱਚ, ਪਰ ਉਹੀ LMI ਜਦੋਂ ਗੌਰਮੈਂਟ ਪਾਸ ਕਰਦੀ ਹੈਗੀ ਆ, ਸਾਨੂੰ ਉਹ LMI ਮਿਲਦੀਆਂ ਜਾ ਕੇ 25,000-25,000 30,000 ਤੋਂ ਉੱਪਰ ਦੀਆਂ ਮਿਲਦੀਆਂ ਆ। ਫਿਰ ਉਹਦੇ ਵਿੱਚ ਗਰੰਟੀ ਕੋਈ ਨੀ, ਤੁਹਾਨੂੰ ਇੰਪਲੋਇਰ ਕੰਮ ਦੇ ਰਿਹਾ ਕਿ ਨਹੀਂ ਦੇ ਰਿਹਾ। ਅਗਲਾ ਕਹਿੰਦਾ ਠੀਕ ਆ, LMI ਤੁਹਾਨੂੰ ਦੇਤੀ ਹੋਈ ਹੈਗੀ ਆ, ਤੁਸੀਂ ਸਾਡਾ ਵੀ ਟੈਕਸ ਪੇ ਕਰੋ, ਗੌਰਮੈਂਟ ਦੀ ਟੈਕਸ ਵੀ ਪੇ ਕਰੋ, ਮਤਲਬ ਕਿ ਡਬਲ ਟੈਕਸ ਪੇ ਕਰੋ। ਔਰ ਉਹ ਚ ਵੀ ਡਿਪੈਂਡ ਕਰਦਾ ਆ ਕਿ ਇੰਪਲੋਇਰ ਕਿੰਨੇ ਪਰਸੈਂਟ ਟੈਕਸ ਤੁਹਾਨੂੰ ਲਾ ਰਿਹਾ ਆ, ਹਰ ਇੱਕ ਇੰਪਲੋਇਰ ਵੱਖਰਾ ਟੈਕਸ ਲਾ ਰਿਹਾ ਤੇ। ਅੱਛਾ ਸਿਮਰ, ਇੱਕ ਦੱਸਿਓ ਬਈ, ਜਦ ਵਰਕ ਪਰਮਿਟ ਲੈ ਲਿਆ, ਪਹਿਲੇ ਵਰਕ ਪਰਮਿਟ ਤੇ ਬੱਚੇ ਆ ਗਏ, ਉਹਦੇ ਬਾਅਦ PR ਕਿਉਂ ਨਹੀਂ ਹੋ ਸਕੇ? ਤੁਸੀਂ ਕਿੱਥੇ, ਰੇੜਕਾ ਕਿੱਥੇ ਪਿਆ ਤੇ ਵਰਕ ਪਰਮਿਟ ਕਿਹੜਾ ਸੀ? ਮੇਰੇ ਕੋਲ ਸੀਗਾ ਸੁਪਰਵਾਈਜ਼ਰ ਦਾ, ਹੈ ਨਾ। ਸੋ ਉਸ ਤੋਂ ਬਾਅਦ ਪ੍ਰੋਬਲਮ ਕੀ ਆਉਂਦੀ ਹੈ ਕਿ ਜਦੋਂ ਅਸੀਂ ਆਪਣੀ ILETS ਵੀ ਕਰ ਲਿਆ, ਸਾਰਾ ਕੁਝ ਕਰ ਲਿਆ ਹੋਇਆ ਹੈਗਾ, ਪਰ ਪ੍ਰੋਬਲਮ ਕਿੱਥੇ ਆਉਂਦੀ ਕਿ ਜਦੋਂ ਅਸੀਂ ਇੱਕ ਚੀਜ਼ ਫਿਨਿਸ਼ ਕਰਦੇ, ਉਧਰੋਂ ਗਵਰਨਮੈਂਟ ਰੂਲ ਚੇਂਜ ਕਰ ਦਿੰਦੀ ਆ। ਜਦੋਂ ਗੌਰਮੈਂਟ ਨੇ ਰੂਲ ਚੇਂਜ ਕਰ ਦਿੱਤੇ ਹੈਗੇ ਆ, ਤਾਂ ਸਾਡੇ ਕੋਲ ਮੰਨ ਲਓ ਉਸ ਟਾਈਮ ਉਸ ਚੀਜ਼ ਦੀ ਰਿਕੁਆਇਰਮੈਂਟ ਨਹੀਂ ਹੈਗੀ, ਬੰਦੇ ਨੇ ਉੱਥੇ ਸਟਕ ਹੋ ਜਾਣਾ। ਜਦੋਂ ਅਗਲੀ ਵਾਰੀ ਅਸੀਂ ਉਸ ਚੀਜ਼ ਦੀ ਰਿਕੁਆਇਰਮੈਂਟ ਪੂਰੀ ਕਰਨੀ ਹੈ, ਸਾਡੀਆਂ ILETS ਮੁੱਕ ਜਾਣੀਆਂ, ਅਸੀਂ ਪਰ ਓਰੇ ਦੁਆਲੇ ਹੋ ਜਾਣਾ, ਕਰੂਗਾ ਕੀ, ਜਾਊਗਾ ਕਿੱਥੇ? ਸੋ ਕਿੰਨੇ ਪਰਮਿਟ ਲੈ ਚੁੱਕੇ ਹੋ ਤੁਸੀਂ ਤੇ ਤੁਹਾਡੇ ਹਸਬੈਂਡ, ਤੇ ਕਿੰਨੀ ਪੇ ਕਰ ਚੁੱਕੇ ਹੋ ਹੁਣ ਤੱਕ? ਮੈਨੂੰ ਲੱਗਦਾ ਯਾਰ ਰਾਈਟ ਨਾਓ ਐਸ ਟਾਈਮ 1.5 ਲੱਖ ਤੇ ਕੱਲਾ LMI ਨੂੰ ਜਾ ਚੁੱਕਿਆ ਹੋਊਗਾ, ਤੇ ਜਿਹੜਾ ਉੱਤੇ ਟੈਕਸ ਗਿਆ ਆ ਉਹ ਵੱਖਰਾ ਆ, ਜਿਹੜਾ ਇੱਥੇ ਰਹਿ ਕੇ ਖਰਚਾ ਕਰ ਰਿਹਾ ਉਹ ਵੱਖਰਾ, ਬੇਸਮੈਂਟਾਂ ਦਾ, ਗਰੋਸਰੀਆਂ ਦਾ, ਗੱਡੀਆਂ ਦੇ ਇੰਸ਼ੋਰੈਂਸ ਭਰ ਰਿਹਾ, ਲਾਇਸੈਂਸ ਕੀਤੇ, ਉਹ ਖਰਚਾ ਕਾਊਂਟਿੰਗ 'ਚ ਨਹੀਂ ਹੈਗਾ ਇੱਥੇ। ਤੇ ਬੱਚੇ ਕਿੱਡੇ ਕਿੱਡੇ ਹੋ ਗਏ ਜੀ ਹੁਣ? ਬੱਚੇ ਹੁਣ ਹੋ ਗਏ ਹੈਗੇ ਆ, ਬੇਟੀ ਹੋ ਗਈ 8 ਸਾਲ ਦੀ ਔਰ ਬੇਟਾ ਹੋ ਗਿਆ 13 ਸਾਲ ਦਸੰਬਰ ਚ ਹੋ ਜਾਣਾ। ਤੇ ਸਕੂਲਿੰਗ ਦੇ ਵਿੱਚ ਕਿਸ ਤਰ੍ਹਾਂ ਸਕੂਲ ਪੜ ਰਹੇ ਨੇ, ਉਹ ਸਟੇਟਸ ਉਹਨਾਂ ਕੋਲ ਸਕੂਲ ਜਾਣ ਦਾ ਹੈ? ਹਾਂਜੀ, ਸਕੂਲ ਦਾ ਦਿੱਤਾ ਹੋਇਆ ਹੈਗਾ ਉਹਨਾਂ ਨੂੰ, ਪਰ ਪ੍ਰੋਬਲਮ ਇਹੀ ਆਉਂਦੀ ਹੈ ਭਾਜੀ, ਜਦੋਂ ਤੁਸੀਂ ਇੱਕ ਲਾਅ ਕੱਢਦੇ ਹੋ ਪੂਰੇ ਕੈਨੇਡਾ ਦੇ ਵਿੱਚ, ਉਸ ਲਾਅ ਨੂੰ ਤੁਸੀਂ ਆਟੋਮੈਟਿਕ ਸਾਰੇ ਸਕੂਲਾਂ ਦੇ ਵਿੱਚ, ਸਾਰੇ ਮਹਿਕਮਿਆਂ ਦੇ ਵਿੱਚ ਤੁਸੀਂ ਸਿੱਧੀਆਂ ਡਿਸਟ੍ਰੀਬਿਊਟ ਕਿਉਂ ਨਹੀਂ ਕਰਦੇ? ਜਦੋਂ ਅਸੀਂ ਲਾਇਸੈਂਸ ਰੀਨਿਊ ਕਰਾਉਂਦੇ ICBC ਜਾਂਦੇ ਆ, ਹੈ ਨਾ, ਉਹ ਕਹਿੰਦੇ ਸਾਡਾ ਤੁਹਾਡੀ ਇਮੀਗ੍ਰੇਸ਼ਨ ਨਾਲ ਕੋਈ ਕਨੈਕਟ ਨਹੀਂ ਹੈਗਾ, ਅਸੀਂ ਵਿਕਟੋਰੀਆ ਕਾਲ ਕਰਨੀ ਹੈਗੀ, ਸਾਨੂੰ ਉਹ ਪਰਮਿਸ਼ਨ ਦਿੰਦੇ ਤੇ ਠੀਕ ਆ। ਮਤਲਬ ਤੁਸੀਂ ਕਹਿੰਦੇ ਹੋ ਕੈਨੇਡਾ ਸਾਡਾ ਇੱਕ ਆ, ਪਰ ਸਾਡੇ ਰੂਲਸ ਰੈਗੂਲੇਸ਼ਨ ਹਰ ਮਹਿਕਮੇ ਦਾ ਵੱਖਰਾ ਆ, ਉਹ ਬੰਦਾ ਕਰੂਗਾ ਕੀ? ਤੁਹਾਡੇ ਤੋਂ ਫਰਸਟ੍ਰੇਟ ਨਹੀਂ ਹੋਊਗਾ ਤੇ ਕੀ ਕਰੂਗਾ ਉਹ? ਤੇ ਤੁਸੀਂ ਕਿੱਥੇ ਕਿੱਥੇ ਡਿੱਚ ਹੋਏ ਤੁਹਾਡੇ ਵਾਲੇ ਕੇਸ ਦੇ ਵਿੱਚ? ਤੁਹਾਨੂੰ ਜਿਹੜੀ ਮੁਸ਼ਕਲਾਂ ਆਈਆਂ ਉਹ ਕਿੱਥੇ ਆਈਆਂ? ਤੁਹਾਡੇ ਜਿਹੜੇ ਪੁਆਇੰਟ ਨਹੀਂ ਉਹਨੇ ਬਣੇ, ਜਾਂ ਤੁਸੀਂ ਉਹ ਜਦ ਕੋਟਾ ਸੈੱਟ ਕਰਦੇ ਆ ਉਹਦੇ 'ਚ ਡਰਾ 'ਚ ਨਹੀਂ ਆਏ? ਰੌਲਾ ਕਿੱਥੇ ਪਿਆ? ਇੰਗਲਿਸ਼ ਤੁਹਾਡੀ ਠੀਕ ਹੈ, ਤੁਸੀਂ ਆਈਐਲਟਸ ਕਰ ਲਈ ਆ, ਪਰ ਰੇੜਕਾ ਕਿੱਥੇ ਪੈਂਦਾ ਵੀ ਇਮੀਗ੍ਰੇਸ਼ਨ ਨਹੀਂ ਹੋ ਰਹੀ? ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਅਸੀਂ ਫਸਟ ਟਾਈਮ LMI ਬਾਏ ਕਰਦੇ ਆ ਨਾ, ਭੁੱਲ ਲੈਂਦੇ ਆ, ਜੀ ਜੀ, ਸੋ ਉਸ ਟਾਈਮ ਸਾਨੂੰ ਇਹ ਨਹੀਂ ਦੱਸਦੇ ਹੈਗੇ ਕਿ ਤੁਹਾਡੀਆਂ ਲੋਅ ਸਕੇਲ ਦੀਆਂ LMI ਜਿਹੜੀਆਂ ਹੈਗੀਆਂ ਆ, ਉਹ ਸੁਪਰਵਾਈਜ਼ਰ ਦਾ ਜਦੋਂ ਤੁਸੀਂ ਲੈਂਦੇ ਹੋ ਤੁਹਾਡਾ ਕਾਊਂਟ ਨਹੀਂ ਹੈ ਕਰਦੇ ਪਹਿਲਾਂ ਤੇ। ਠੀਕ ਆ, ਜੇ ਮੰਨ ਲਓ ਤੁਸੀਂ 2-3 ਸਾਲ ਦੇ ਇੱਕ ਐਜ਼ ਅ ਵਰਕਰ ਤੁਸੀਂ ਇੱਥੇ ਕੰਮ ਕਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਸੁਪਰਵਾਈਜ਼ਰ ਦੀ ਪੋਸਟ ਤੇ ਆ ਜਾਂਦੇ ਹੈਗੇ, ਤੁਸੀਂ ਮੈਂ ਕੋਈ ਹੋਰ ਚੇਂਜ ਕਰ ਲਿੱਤੇ ਕਿ ਤੁਸੀਂ ਸੁਪਰਵਾਈਜ਼ਰ ਪੋਸਟ ਤੇ ਸੇਮ ਫੀਲਡ 'ਚ ਆਉਂਦੇ ਹੋ, ਜਿਹੜਾ ਪਿਛਲਾ ਤੁਹਾਡਾ ਇੱਥੋਂ ਦਾ ਕੀਤਾ ਹੋਇਆ ਕੰਮ ਹੈਗਾ ਉਹ ਕਾਊਂਟ ਹੀ ਨਹੀਂ ਕਰਦੇ। ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਤੱਕ ਤੁਸੀਂ ਉਹ ਮੰਨ ਲਓ ਕਿ ਤੁਹਾਡਾ 2 ਸਾਲ ਦਾ ਹੈਗਾ, ਤੁਹਾਨੂੰ ਘੱਟੋ ਘੱਟ 1-1.5 ਸਾਲ ਸੁਪਰਵਾਈਜ਼ਰ ਦੀ ਪੋਸਟ 'ਚ ਹੋਣਾ ਚਾਹੀਦਾ ਆ। ਫਿਰ ਉਹ ਕੀ ਕਰਦੇ ਹੈਗੇ, ਜਦੋਂ ਉਹ ਪੂਰਾ ਕਰਨਾ ਹੈਗਾ, ਉਸ ਤੋਂ ਬਾਅਦ ਜਦੋਂ ਅਸੀਂ ਫਾਈਲ ਲਾਨੇ, ਕਈ ਵਾਰੀ ਪੁਆਇੰਟਸ ਨਹੀਂ ਪੂਰੇ ਹੁੰਦੇ, ਕਈ ਵਾਰੀ ਚੈੱਕਾਂ ਲੇਟ ਦਿੰਦੇ ਹੈਗੇ ਆਪਾਂ ਨੂੰ, 3 ਮਹੀਨੇ ਦੀ ਮੰਨ ਲਓ ਚੈੱਕਾਂ ਨਹੀਂ ਦਿੱਤੀਆਂ, ਅਸੀਂ ਕੰਮ ਲੇਟ ਸ਼ੁਰੂ ਕੀਤਾ ਹੈਗਾ ਆ, ਉਹ 3 ਮਹੀਨਾ ਸਾਡੇ ਗਾਰਬੇਜ ਗਿਆ, ਉਹ 3 ਮਹੀਨੇ ਕਰਕੇ ਸਾਡੇ ਪੁਆਇੰਟ ਨਹੀਂ ਪੂਰੇ ਹੁੰਦੇ। ਕਿ ਬੰਦਾ ਪੜ੍ਹਿਆ ਲਿਖਿਆ ਵੀ ਹੋਵੇ, ਬੰਦੇ ਦਾ ਪ੍ਰੋਫੈਸ਼ਨ ਮੈਡੀਕਲ ਫੀਲਡ ਦਾ ਪਿੱਛੋਂ ਬਿਲੋਂਗ ਕਰਦਾ ਹੋਵੇ, ਇੱਥੇ ਆ ਕੇ ਤੁਹਾਡੇ ਕੋਲ ਲਾਇਸੈਂਸ ਵੀ ਲਿਆ, ਸਾਰਾ ਕੁਛ ਕੀਤਾ ਹੋਇਆ ਹੈ ਨਾ, ਪਰ ਸਟਿਲ ਗੌਰਮੈਂਟ ਦੇ ਇੰਨੇ ਕੁ ਮਾੜੇ ਹਾਲ ਹੈਗੇ ਆ ਕਿ ਦੇਖਦੀ ਨਹੀਂ ਆ। ਔਰ ਜਿਹਨਾਂ ਕੋਲ ਕੁਛ ਵੀ ਹੈ ਨੀਗਾ, ਲੋਕਾਂ ਨੇ ਫੇਕ ILETS ਦੇ ਪੇਪਰ ਲਾ ਕੇ, ਪਿੱਛੇ ਰੌੜਾ ਵੀ ਪਿਆ ਸੀਗਾ ਕਿ ਜਿਹੜਾ
ਦੱਸ ਕੇ ਕਿੰਨੇ ਆਈਲੈਟਸ ਨਿਕਲੇ ਹੈਗੇ ਆ ਜਿਹੜਾ ਆਪਣੇ ਏਜੰਟਾਂ ਨੇ ਪਾਸ ਕਰਾਏ ਹੈਗੇ ਹਨਾ, ਉਹਨਾਂ ਲੋਕਾਂ ਦੀਆਂ ਫਾਈਲਾਂ ਦੇਖ ਕੇ ਆਰਾਮ ਨਾਲ ਕਲੀਅਰ ਕਰ ਦਿੱਤੀਆਂ, ਜਿਨ੍ਹਾਂ ਨੂੰ ਆਏ ਨੂੰ ਸਿਰਫ ਤੇ 1.5 ਸਾਲ ਹੀ ਹੋਏ ਆ, ਪੇਪਰ ਫੇਕ ਲਾ ਦਿੱਤੇ, ਜਾਲੀ ਲਾ ਤੇ, ਇਮੀਗ੍ਰੇਸ਼ਨ ਨੇ ਇਨਕੁਆਇਰੀ ਤੱਕ ਨਹੀਂ ਕੀਤੀ, ਪਰ ਜਿਨ੍ਹਾਂ ਦੀਆਂ ਚੀਜ਼ਾਂ ਇੱਥੇ ਜੈਨੂਅਨ ਹੈਗੀਆਂ, ਜੈਨੂਅਨ ਮਿਹਨਤਾਂ ਕੀਤੀਆਂ, ਟੈਕਸ ਪੇ ਕੀਤੇ ਹੈਗੇ ਆ, ਅੱਜ ਉਹਨਾਂ ਦਾ ਕੁਛ ਵੀ ਨਹੀਂ ਹੋ ਰਿਹਾ, ਉਹ ਸਟਿਲ ਬੈਠੇ ਹੋਏ ਆ। ਸਿਮਰ, ਇਹਦੇ ਬਾਰੇ ਮੀਡੀਆ ਦੇ ਵਿੱਚ ਸਦਾ ਗੱਲ ਚੱਲਦੀ ਹੈ, ਅਤੇ ਵੱਡੇ ਮੀਡੀਆ ਗਲੋਬਲ ਮੇਲ ਨੇ, ਕੈਥੀ ਟੋਮਲਸਨ ਨੇ ਇੱਕ ਬਹੁਤ ਵੱਡੀ ਇਨਵੈਸਟੀਗੇਟਿਵ ਆਰਟੀਕਲ ਛਾਪਿਆ ਸੀ ਵੀ ਕਿਸ ਤਰ੍ਹਾਂ ਲੋਕ ਤਿਲ ਤਿਲ ਕਰਕੇ ਮਰ ਰਹੇ ਨੇ, ਕੰਸਲਟੈਂਟ ਦਸਰੀ ਦਾ ਇੱਕ ਉਹਦੀ ਫੋਟੋਆਂ ਦੇ ਨਾਲ, ਉਹਦੇ ਪੈਸਿਆਂ ਦੇ ਨਾਲ ਵੀ ਉਹ ਟੈਚੀ ਭਰ ਕੇ ਕਿਵੇਂ ਲੈ ਕੇ ਆਉਂਦਾ ਹੈ, ਕੀ ਕਰਦਾ, ਕਿਸ ਤਰ੍ਹਾਂ ਪੁਲਿਸ ਦੀ ਰੇਡ ਤੋਂ ਪਹਿਲਾਂ ਉਹਨੇ ਕੰਪਿਊਟਰ ਅੰਦਰੋਂ ਚੱਕ ਲਏ, ਇਹ ਜਿਹੜਾ ਕੁਛ ਇਹ ਲੈ ਰਹੇ ਨੇ 35,000-40,000, ਜਿਹੜਾ ਵੀ ਕੋਈ, ਜਿਹੜੇ ਚੰਗੇ ਨੇ ਉਹ ਚੰਗੇ ਨੇ, ਜਿਹੜੇ ਜਿਹੜੇ ਠੱਗ ਰਹੇ ਨੇ ਲੋਕਾਂ ਨੂੰ, ਉਹਨਾਂ ਦਾ ਇਹ ਸਰਕਾਰ ਨੂੰ ਪਤਾ ਨਹੀਂ ਲੱਗਦਾ, ਨਾ ਫੈਡਰਲ ਨੂੰ ਨਾ ਸੂਬੇ ਦੀ ਸਰਕਾਰ ਨੂੰ ਵੀ ਕੀ ਹੋ ਰਿਹਾ? ਭਾਜੀ ਸਾਰਾ ਕੁਛ ਗੌਰਮੈਂਟ ਨੂੰ ਪਤਾ, ਉੱਤੋਂ ਤੋਂ ਲੈ ਕੇ ਥੱਲੇ ਤੱਕ ਸਾਰਾ ਕੁਛ ਪਤਾ ਆ, ਕਿਉਂ ਨੀ ਪਤਾ ਇਹਨਾਂ ਨੂੰ? ਇੱਕ ਪਾਸੇ ਨਿਊਜ਼ਾਂ ਚ ਕਹਿੰਦੇ ਆ ਕਿ ਅਨਡਾਕੂਮੈਂਟ ਲੋਕ ਬੈਠੇ ਹੋਏ, ਸਾਡੇ ਕੋਲ ਕਾਊਂਟਿੰਗ ਨੀ ਹੈਗੀ, ਹੈ ਨਾ, ਪਰਮਿਟਸ ਮੁੱਕ ਗਏ, ਤੁਹਾਡੇ ਕੋਲ ਕਾਊਂਟਿੰਗ ਕਿਉਂ ਨੀ ਹੈਗੀ? ਜਦੋਂ ਬੰਦਾ ਤੁਹਾਡੀ ਕੰਟਰੀ ਚ ਉਤਰਦਾ, ਪਹਿਲੀ ਗੱਲ ਤੇ ਤੁਹਾਡੀ ਇਮੀਗ੍ਰੇਸ਼ਨ ਦੀ ਇੰਨੀ ਸਖ਼ਤ ਹੈਗੀ ਆ ਕਿ ਅਨਡਾਕੂਮੈਂਟ ਬੰਦਾ ਤੁਹਾਡੀ ਕੰਟਰੀ ਚ ਪੈਰ ਪਾ ਹੀ ਨਹੀਂ ਸਕਦਾ, ਇਲੀਗਲ ਤੌਰ ਤੇ, ਪਹਿਲਾ ਨੰਬਰ। ਦੂਸਰਾ ਨੰਬਰ, ਜਦੋਂ ਬੰਦਾ ਇੱਥੇ ਆ ਕੇ ਵਰਕ ਪਰਮਿਟ ਲੈਂਦਾ ਆ, ਸਰਵਿਸ ਕੈਨੇਡਾ ਤੇ ਜਾ ਕੇ ਅਸੀਂ ਸਿਨ ਨੰਬਰ ਅਪਲਾਈ ਕਰਦੇ ਆ, ਜਦੋਂ ਸਿਨ ਨੰਬਰ ਅਪਲਾਈ ਹੋਇਆ, ਤੁਹਾਡੇ ਕੋਲ ਕਿਉਂ ਨੀ ਡਾਟਾ ਹੈਗਾ? ਫਿਰ ਇਟ ਮੀਨਸ ਕਿ ਤੁਹਾਡਾ ਸਿਸਟਮ ਫੇਲ ਆ, ਤੁਹਾਡੇ ਕੋਲ ਕੰਪਿਊਟਰ ਚ ਰੈਕਡ ਹੀ ਹੈ ਨੀ ਫਿਰ ਕੋਈ ਵੀ, ਤੇ ਅਸੀਂ ਇਹੀ ਕਹਿ ਸਕਦੇ ਹਾਂ ਨਾ ਕਿ ਤੁਹਾਡੇ ਕੋਲ ਕੰਪਿਊਟਰ ਚ ਕੋਈ ਰੈਕਡ ਹੈ ਹੀ ਨੀ, ਕਿ ਤੁਹਾਡੇ ਕੋਲ ਕਿੰਨਾ ਬੰਦਾ ਅਨਡਾਕੂਮੈਂਟ ਬੰਦਾ, ਤੁਸੀਂ ਗੈਸ ਕਰ ਰਹੇ ਹੋ, ਰਾਈਟ? ਫਿਰ ਤੁਸੀਂ ਦੂਜੇ ਪਾਸੇ ਨਿਊਜ਼ ਚ ਕਹਿੰਦੇ ਹੈਗੇ ਹੋ ਕਿ ਜਿਹੜੇ ਅਨਡਾਕੂਮੈਂਟ ਹੈਗੇ, ਅਸੀਂ ਉਹਨਾਂ ਨੂੰ ਬੈਕ ਟੂ ਟ੍ਰੈਕ ਤੇ ਲੈ ਕੇ ਆਵਾਂਗੇ, ਮੇ ਬੀ ਹੋ ਸਕਦਾ 2 ਸਾਲ ਲੱਗ ਜੇ, ਮੇ ਬੀ ਹੋ ਸਕਦਾ 3 ਸਾਲ ਲੱਗ ਜੇ, ਉਹਨਾਂ ਨੂੰ ਵੀ ਅਸੀਂ ਜਿਹੜੀਆਂ ਹੈਗੀਆਂ LMIs ਵਗੈਰਾ, ਆਪਣਾ ਵਰਕ ਪਰਮਿਟ, ਮਤਲਬ ਕਹਿਣ ਦਾ ਫਿਰ ਇਹ ਕਿ ਤੁਸੀਂ ਉਹ ਚੋਰ ਜਿਹੜੀ ਬਜ਼ਾਰੀ ਹੈਗੀ ਹੈ, ਮੈਂ ਸ਼ਰਿਆਂ ਕਰਨੀ, ਉਹ ਚੋਰ ਬਜ਼ਾਰੀ ਜਿਹੜੀ ਹੈਗੀ ਤੁਸੀਂ ਬੰਦ ਨੀ ਕਰਨਾ ਚਾਹੁੰਦੇ, ਹੈ ਨਾ, ਤੁਸੀਂ ਉੱਥੇ ਹੀ ਲੈ ਕੇ ਆਉਂਦੇ ਹੋ ਲੋਕਾਂ ਨੂੰ, ਕਿ ਜੇ ਤੁਹਾਡੇ ਪਰਮਿਟ ਮੁੱਕ ਗਿਆ, ਬੰਦਾ ਆਊਟ ਆਫ ਸਟੇਟਸ ਹੋ ਗਿਆ, ਗਵਰਨਮੈਂਟ ਸਿੱਧਾ ਹੀ ਓਪਨ ਪਰਮਿਟ ਕਿਉਂ ਨੀ ਦਿੰਦੀ ਜੇ ਤੁਸੀਂ ਉਹਨਾਂ ਨੂੰ ਪਰਮਾਨੈਂਟ ਰੈਸੀਡੈਂਸੀ ਨਹੀਂ ਦਿੰਦੇ ਹੋ? ਘੱਟੋ-ਘੱਟ ਗਵਰਨਮੈਂਟ ਸਿੱਧਾ ਕਵੇ ਕਿ ਜਿਹਨਾਂ ਦੇ ਪਰਮਿਟ ਮੁੱਕ ਗਏ ਆ, ਜਿਹੜੇ ਆਊਟ ਆਫ ਸਟੇਟਸ ਹੋ ਗਏ ਆ, ਜਾਂ ਜਿਹੜੇ ਇੰਪਲੋਇਰ ਸਟੇਟਸ ਤੇ ਬੈਠੇ ਆ, ਜਾਂ ਮੇਨਟੇਨ ਸਟੇਟਸ ਤੇ ਬੈਠੇ ਹੋਏ, ਅਸੀਂ ਉਹਨਾਂ ਸਾਰਿਆਂ ਨੂੰ ਓਪਨ ਪਰਮਿਟ ਦਿੰਦੇ ਹਾਂ, ਤੁਸੀਂ ਆਪਣਾ 2 ਸਾਲ ਰੈਗੂਲਰ ਕੰਮ ਕਰੋ, ਉਸ ਤੋਂ ਬਾਅਦ ਸਿੱਧੀ ਆਪਣੀਆਂ ਧੀਆਂ ਦੀਆਂ ਫਾਈਲਾਂ ਲਾਓ, ਕਿਉਂ ਨੀ ਗਵਰਨਮੈਂਟ ਕਰਦੀ ਇਹ ਚੀਜ਼ਾਂ? ਕਿਉਂ ਚੋਰ ਬਜ਼ਾਰੀ ਚੱਕ ਕੇ ਇਹਨਾਂ ਦੇ ਹੱਥਾਂ ਚ ਫੜਾਈਆਂ ਹੋਈਆਂ, ਕਿਉਂ ਲੋਕਾਂ ਦੇ ਲਹੂ ਪੀ ਰਹੇ ਆ? ਇੱਕ ਮੇਰੇ ਦੋਸਤ ਨੇ ਜੀ ਇੱਥੇ, ਹਰਵੀਰ ਸਿੰਘ ਗਰੇਵਾਲ, ਉਹ ਇੱਕ ਵਾਰ ਉਹਨਾਂ ਨੇ ਮੇਰੇ ਆਪਣੇ ਸ਼ੋਅ ਦੇ ਵਿੱਚ ਆ ਕੇ ਕਿਹਾ ਵੀ ਕਿੱਡੀ ਕੁ ਇਹ ਗੱਲ ਹੈ, ਜਦ ਕੋਈ ਵਿਜ਼ਿਟ ਵੀਜ਼ੇ 'ਤੇ ਆਉਂਦਾ ਹੈ, ਉਹਨੂੰ ਆਪਣੇ ਬਿਲਕੁਲ ਏਅਰਪੋਰਟ 'ਤੇ 2-4 ਟੇਬਲ ਰੱਖ ਕੇ ਉੱਥੇ ਅਫੀਸਰ ਬਿਠਾ ਕੇ, ਉੱਥੇ ਵਰਕ ਪਰਮਿਟ ਗਵਰਨਮੈਂਟ ਕਿਉਂ ਨਹੀਂ ਦੇ ਰਹੀ ਉਹਨਾਂ ਨੂੰ ਵੀ ਤੁਸੀਂ ਕੰਮ ਕਰੋ ਅਤੇ ਸਾਨੂੰ ਟੈਕਸ ਦਿਓ, ਇੱਥੇ ਤੁਸੀਂ ਕੰਮ, ਤੁਸੀਂ PR ਇਹਦੇ 'ਚ ਆਹ ਬਿਨਾਂ 'ਤੇ ਹੋ ਸਕਦੇ ਜਾਂ ਨਹੀਂ ਹੋ ਸਕਦੇ, ਤੁਹਾਡੇ ਬੱਚੇ ਪੜ੍ਹ ਕੇ PR ਹੋ ਸਕਦੇ ਨੇ, ਕਿਵੇਂ ਹੋ ਸਕਦੇ, ਤੁਹਾਡੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ, ਆਹ ਸਾਡੀ ਫੀਸ ਆ, ਸਾਨੂੰ ਟੈਕਸ ਦਿਓ, ਪਰ ਜਿਹੜੇ ਇਹ 25-25, 30-30, 40-40 ਹਜ਼ਾਰ ਜਿਹੜੇ ਤੁਸੀਂ ਦਿੱਤੇ, ਸਿਮਰੇ ਕੈਸ਼ ਦਿੱਤੇ ਜੀ ਕੰਸਲਟੈਂਟਸ ਨੂੰ? ਭਾਜੀ ਕੈਸ਼ ਹੀ ਲੈਂਦੇ ਆ ਇਹ, ਅੰਡਰ ਦਾ ਟੇਬਲ ਲੈਂਦੇ ਹੈਗੇ ਇਹ, ਅਕਾਊਂਟਾਂ 'ਚ ਬਹੁਤ ਘੱਟ ਜਿਹੜੇ ਹੈਗੇ ਕੰਸਲਟੈਂਟ ਜਿਹੜੇ ਪਾਉਂਦੇ ਆ, ਇਹ ਸਭ ਕੈਸ਼ ਲੈਂਦੇ ਆ, ਤੇ ਕੰਮ ਜਿਹੜਾ ਜਿੱਥੇ ਮਿਲਦਾ ਹੈ ਉੱਥੇ ਕਈ ਵਾਰ ਇਹ ਵੀ ਪਤਾ ਲੱਗਿਆ ਵੀ ਜਿੱਥੇ ਕੰਮ ਦਾ ਪਰਮਿਟ ਆ ਉੱਥੇ ਬੰਦੇ ਕੰਮ ਨਹੀਂ ਕਰਦੇ, ਕੰਮ ਕਿਤੇ ਹੋਰ ਕਰਦੇ ਆ, ਤੇ ਚੈੱਕ ਉੱਥੋਂ ਲੈ ਕੇ ਕੈਸ਼ ਕਢਾ ਕੇ ਉਹਨਾਂ ਨੂੰ ਵਾਪਸ ਕਰਦੇ ਆ। ਬਿਲਕੁਲ ਸਹੀ ਗੱਲ ਆ, ਨੋ ਡਾਊਟ ਹੁੰਦਾ ਆ। ਮੈਂ ਭਾਜੀ ਤੁਹਾਨੂੰ ਇੰਨੀ ਗਰੰਟੀ ਕਰਨੀ ਆ, ਜੇ ਅੱਜ ਗਵਰਨਮੈਂਟ ਇਹਨਾਂ ਦੇ ਛਾਪੇ ਮਾਰੇ ਨਾ, ਇਹਦੇ ਵਿੱਚੋਂ ਮੈਨੂੰ ਨੀ ਲੱਗਦਾ ਹੈਗਾ ਕਿ ਕਿਸੇ ਕੋਲ ਵੀ ਵਰਕ ਪਰਮਿਟ ਪ੍ਰੋਪਰ ਹੋਊਗਾ, ਲੋਕੀ ਸਭ ਕੈਸ਼ ਤੇ ਕੰਮ ਕਰ, ਔਰ ਕਿੰਨਾ ਕੈਸ਼ ਇਹਨਾਂ ਦਾ ਚੋਰੀ ਹੋ ਰਿਹਾ, ਟੈਕਸ ਚੋਰੀ ਹੋ ਰਿਹਾ, ਇਹ ਗਵਰਨਮੈਂਟ ਨੂੰ ਪਤਾ, ਸ਼ਰੇਆਮ ਹੋ ਰਿਹਾ, ਪਰ ਇਹ ਕਰਦੀ ਨੀ ਕੁਛ ਵੀ। ਤੇ ਹੁਣ ਫਿਰ ਜਿਹੜੀਆਂ ਤੁਹਾਡੇ ਵਰਗੇ ਕਿੰਨੇ ਕੁ ਹੋਣਗੇ ਜੀ, ਜਿਹੜੇ ਜਿਹੜੇ ਸਰੀ ਚ ਬੈਠੇ ਆ ਬੇਸਮੈਂਟਾਂ ਦੇ ਵਿੱਚ ਵਿਦਆਊਟ ਸਟੇਟਸ, ਕਿੰਨੇ ਕੁ ਲੋਕ ਹੋਣਗੇ? ਬਹੁਤ ਹੋਣਗੇ ਭਾਜੀ, ਬਹੁਤ ਹੋਣਗੇ, ਕੱਲੇ ਸਰੀ ਚ ਨਹੀਂ ਹੋਣਗੇ, ਪੂਰੇ ਕੈਨੇਡਾ ਚ ਲੋਕੀ ਬੈਠੇ, ਔਰ ਮੈਨੂੰ ਦਿਨ ਦੇ ਵਿੱਚ ਪਤਾ ਨੀ ਇਹਨਾਂ ਕਿੰਨੀਆਂ ਕੁ ਕਾਲਾਂ ਆਉਂਦੀਆਂ, ਕਿੰਨੀਆਂ ਟਿਕਟੋਕ ਤੇ ਮੈਸੇਜ ਆਉਂਦੇ, ਕਿੰਨਾ ਇੰਸਟਾਗ੍ਰਾਮ ਤੇ ਮੈਸੇਜ, ਇਸੇ ਚੀਜ਼ ਨੂੰ ਲੈ ਕੇ ਕਿ ਦੀਦੀ ਗਵਰਨਮੈਂਟ ਕੁਛ ਕਰੂਗੀ ਕਿ ਨਹੀਂ ਕਰੂਗੀ, ਕਿਉਂਕਿ ਤੁਸੀਂ ਵੋਕਲ ਹੋ, ਤੁਸੀਂ ਸੋਸ਼ਲ ਮੀਡੀਆ ਤੇ ਲਿਖਦੇ ਹੋ, ਬੋਲਦੇ ਹੋ, ਇਹਦੇ ਕਰਕੇ ਬਹੁਤ ਫੋਨ ਕਾਲਸ ਆਉਂਦੇ ਆ ਜੀ, ਹੈ ਬਹੁਤ ਆਉਂਦੇ ਆ ਭਾਜੀ, ਬਹੁਤ ਆਉਂਦੇ ਆ, ਔਰ ਕਈ ਤੇ ਏਦਾਂ ਦੇ ਹੈਗੇ ਆ ਕਿ ਜਿਹੜੇ ਉਹਨਾਂ ਦੀ ਸਟੋਰੀਆਂ ਸੁਣ ਕੇ ਆਪ ਦਾ ਦਿਲ ਡਹਿਕ ਜਾਂਦਾ ਕਿ ਕਰ ਕੀ ਰਹੀ ਹੈ ਗਵਰਨਮੈਂਟ,
ਫਿਕਸ ਕਿਵੇਂ ਹੋ ਸਕਦਾ ਸਿਮਰ, ਕਿਸ ਤਰ੍ਹਾਂ ਇਹ ਫਿਕਸ ਹੋ ਸਕਦਾ, ਤੁਹਾਡੇ ਕੀ ਥੌਟਸ? ਸਭ ਤੋਂ ਸੌਖਾ ਤਰੀਕਾ ਹੈਗਾ ਆ ਕਿ ਪਹਿਲਾਂ ਤੇ ਚੋਰ ਬਜ਼ਾਰੀ ਬੰਦ ਕਰਨ, ਆਪਣਾ ਕੋਈ ਆਫਿਸ ਖੋਲੇ, ਆਪਣੇ ਬੰਦੇ ਉੱਥੇ ਬਿਠਾਵੇ, ਖੁਦ ਪਰਮਿਟ ਉੱਥੋਂ ਦੇਵੇ, ਨਾ ਕਿ ਉਹ ਜਿਹੜੀਆਂ ਇਹਨਾਂ ਦੀਆਂ ਚੀਜ਼ਾਂ ਗਵਰਨਮੈਂਟ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਚੱਕ ਕੇ ਕੰਸਲਟੈਂਟ ਦੇ ਹੱਥ ਜਾਂ ਇੰਪਲੋਇਰ ਦੇ ਹੱਥ ਚ ਦੇਵੇ, ਇਹ ਫੇਰ ਬੰਦ ਹੋਣਾ। ਅਦਰਵਾਈਜ਼ ਇਹ ਜਿੰਨਾ ਮਰਜ਼ੀ ਕਰ ਲੈਣ, ਤੁਸੀਂ ਕਹਿੰਦੇ ਨਵੇਂ ਪ੍ਰੋਗਰਾਮ ਲਿਆਉਣੇ ਆ, ਨਵੇਂ ਪ੍ਰੋਗਰਾਮ, ਤੁਹਾਨੂੰ ਨਵੇਂ ਪ੍ਰੋਗਰਾਮਾਂ ਦੀ ਲੋੜ ਕੀ ਹੈ? ਤੁਸੀਂ ਤੇ ਇਮੀਗ੍ਰੇਸ਼ਨ ਨੂੰ ਆਪ ਹੀ ਸਟਕ ਕੀਤਾ ਹੋਇਆ, ਕਿਸੇ ਨੇ ਨਹੀਂ ਕੀਤਾ, ਇਮੀਗ੍ਰੇਸ਼ਨ ਖੁਦ ਇਹਨਾਂ ਨੇ ਸਟਕ ਕੀਤਾ ਹੋਇਆ ਸਾਰਾ। ਹੁਣ ਜੇ ਸਟੂਡੈਂਟਸ ਨੂੰ ਤੁਸੀਂ ਕਹਿੰਦੇ ਹੋ, ਸਟੂਡੈਂਟ ਨੂੰ ਤੁਸੀਂ ਸਾਲ ਦਾ ਦੇ ਦਿੱਤਾ ਕਿ 20 ਘੰਟੇ ਤੋਂ ਉੱਪਰ ਕੰਮ ਕਰ ਸਕਦੇ, ਹਨਾ, ਠੀਕ ਆ, ਗੁੱਡ ਕੀਤਾ, ਉਹਦੇ ਨਾਲ ਇੱਕ ਚੀਜ਼ ਰੁਕੇਗੀ ਕਿ ਹਰਾਸਮੈਂਟ ਰੁਕ ਜਾਣੀ ਆ, ਠੀਕ ਆ, ਪਰ ਤੁਸੀਂ ਇਸ ਚੀਜ਼ ਨੂੰ ਕੰਟੀਨਿਊ ਪਰਮਾਨੈਂਟ ਓਪਨ ਕਰ ਤੋਂ ਨਹੀਂ ਕਰਦੇ। ਮਤਲਬ ਇਹ ਕਿ ਤੁਸੀਂ ਅੱਜ ਸਟੂਡੈਂਟਾਂ ਤੋਂ ਕੰਮ ਲੈਣਾ ਚਾਹੁੰਦੇ ਹੋ, ਤੁਸੀਂ ਕਹਿੰਦੇ ਹੋ ਕਿ ਅੱਜ ਸਾਡੇ ਕੋਲ ਲੇਬਰ ਸ਼ਾਰਟੇਜ ਹੈਗੀ, ਅਸੀਂ ਇਹਨਾਂ ਤੋਂ ਕੰਮ ਲੈ ਲਈਏ, ਜਦੋਂ ਸਾਲ ਮੁੱਕ ਜੂਗਾ ਤੁਸੀਂ ਉਦੋਂ ਫਿਰ ਨਵਾਂ ਰੂਲ ਚੱਕ ਕੇ ਇਹੋ ਜਿਹਾ ਲੈ ਕੇ ਆਓਗੇ ਕਿ ਸਟੂਡੈਂਟਾਂ ਨੇ ਉੱਥੇ ਫਿਰ ਸਟਕ ਹੋ ਜਾਣਾ। ਸਿੱਧੀਆਂ ਗੱਲਾਂ ਨਹੀਂ ਕਰਦੇ, ਤੁਸੀਂ ਪਬਲਿਕ ਨੂੰ ਬੇਵਕੂਫ ਬਣਾ ਰਹੇ ਹੋ ਬਸ। ਅੱਛਾ ਜੀ, ਹੁਣ ਤੁਹਾਡਾ ਸਟੇਟਸ ਆ ਜਿਹੜਾ ਹੈ, ਕੋਈ ਹੈ ਲਾਈਨ ਚ ਲੱਗੇ ਹੋਏ ਹੋ ਜਾਂ ਕੁਛ ਵਿਦਆਊਟ ਸਟੇਟਸ ਹੋ? ਸਟਿਲ ਲਾਈਨ ਚ ਲੱਗੇ ਹੋਏ ਆ, ਪਰ ਪ੍ਰੋਬਲਮ ਇਹ ਆਉਂਦੀ ਕਿ ਜਿਹੜੇ ਪਰਮਿਟ ਅਪਲਾਈ ਕੀਤੇ, ਜਿਹੜੀ ਆਪਣੇ ਇਮੀਗ੍ਰੇਸ਼ਨ ਸ਼ਾਰਟ ਫ੍ਰੇਜ਼ਰ ਜਿਹੜੀ ਡੇਟਾ ਦੇ ਦਿੰਦੇ ਕਿ ਹਾਂ ਜੀ ਇਨਸਾਈਡ ਅਪਲਾਈ ਕੀਤਾ ਹੋਇਆ ਤੇ 162 ਡੇਜ਼ ਦਾ, ਹੈਨਾ, ਉਸ ਤੋਂ ਬਾਅਦ ਹੁਣ ਵਧਾ ਕੇ 167 ਡੇਜ਼ ਕਰ ਦਿੱਤੇ ਹੋਏ ਆ, ਪਰ ਉਹ ਡੇਟਾ ਦੇ ਤੇ ਉਤਰ ਹੀ ਨਹੀਂ ਰਹੇ ਹੈ ਲੋਕਾਂ ਨੂੰ, ਤੇ ਸਾਲ ਸਾਲ ਹੋ ਚੱਲਿਆ, ਪਰਮਿਟ ਅਪਲਾਈ ਕੀਤੇ ਨੂੰ ਜਵਾਬ ਇਹ ਨਹੀਂ ਦਿੰਦੇ, ਕਾਲਸ ਕਰੋ ਇਹ ਰਿਪਲਾਈ ਨਹੀਂ ਕਰਦੇ, ਈਮੇਲ ਕਰੋ ਇਹ ਰਿਪਲਾਈ ਨਹੀਂ ਦਿੰਦੇ, ਬੰਦਾ ਜਾਊਗਾ ਕਿੱਥੇ? ਜਿਨ੍ਹਾਂ ਦੇ ਡਾਕੂਮੈਂਟ ਫਿਨਿਸ਼ ਹੋ ਗਏ, ਅਨਡਾਕੂਮੈਂਟ ਹੋ ਗਿਆ, ਮੈਡੀਕਲ ਮੁੱਕ ਗਿਆ ਹੋਇਆ ਹੈਗਾ, ਮੈਡੀਕਲ ਦੀ ਫੈਸਿਲਿਟੀ ਕੋਈ ਨਹੀਂ ਹੈਗੀ ਹੈ, ਬੱਚਾ ਬਿਮਾਰ ਹੋ ਜੇ, ਸਿਆਣਾ ਬਿਮਾਰ ਹੋ ਜੇ, ਕੋਈ ਰਾਹ ਚੱਲਦੇ ਐਕਸੀਡੈਂਟ ਹੋ ਜੇ, ਉਹ ਕਿੱਧਰ ਨੂੰ ਜਾਊਗਾ, ਕਿਹੜੇ ਹਸਪਤਾਲ ਚ ਵੜੂਗਾ ਜਾ ਕੇ? ਇੱਥੇ ਕਮਾਲ ਹੋ ਗਈ ਜੀ, ਤੇ ਇਟਾਲੀਅਨ ਇਮੀਗ੍ਰੇਸ਼ਨ ਲੂਜ਼ ਕਰਤੀ ਜੀ ਤੁਸੀਂ? ਇਟਾਲੀਅਨ ਇਮੀਗ੍ਰੇਸ਼ਨ ਲੂਜ਼ ਹੋ ਜਾਂਦੀ ਭਾਜੀ, ਕਿਉਂਕਿ ਉਹਨਾਂ ਦੇ ਵੀ ਕੋਈ ਰੂਲਸ ਰੈਗੂਲੇਸ਼ਨ ਹੁੰਦੇ ਆ। ਤੇ ਕੋਈ ਹੁਣ ਪਾਸਪੋਰਟ ਕਿਹੜਾ ਤੁਹਾਡੇ ਕੋਲ? ਸਾਡੇ ਕੋਲ ਇੰਡੀਅਨ, ਕਿਉਂਕਿ ਇਟਲੀ ਦੇ ਵਿੱਚ ਯੂਰਪ ਦੇ ਵਿੱਚ 10 ਸਾਲ ਬਾਅਦ ਦਿੰਦੇ ਆ, ਜਾਂ ਕਿਸੇ ਪੇਰੈਂਟਸ ਕੋਲ ਹੋਵੇ ਉੱਥੇ, ਅਸੀਂ ਹੁਣ ਅਪਲਾਈ ਕਰਨਾ ਸੀ ਪਰ ਉਸ ਤੋਂ ਪਹਿਲਾਂ ਅਸੀਂ ਇੱਧਰ ਮੂਵ ਆਨ ਕਰ ਗਏ ਕਿ ਚਲੋ ਆ ਕੇ ਇੱਧਰ ਸੈਟਲ ਹੋ ਜਾਂਗੇ, ਪਰ ਜਦੋਂ ਇੱਥੇ ਆ ਕੇ ਦੇਖਿਆ ਤੇ ਕੁਛ ਵੀ ਨਹੀਂ ਗਾੜੀ। ਸੋ ਹੁਣ ਤੁਹਾਡੇ ਜਿਹੜੇ ਇੰਡੀਅਨ ਪਾਸਪੋਰਟ ਨੇ ਤੁਹਾਡੇ ਕੋਲ, ਸਿਰਫ ਇੰਡੀਅਨ ਪਾਸਪੋਰਟ ਚ, ਤੇ ਕਿਤੇ ਤੁਸੀਂ ਪਿਛਲੇ 8 ਸਾਲਾਂ ਚ ਕਿਤੇ ਨਹੀਂ ਜਾ ਸਕੇ, ਨਾ ਇਟਲੀ ਨਾ ਪੰਜਾਬ, ਕਿਤੇ ਨਹੀਂ ਜਾ ਸਕੇ? ਕਿਤੇ ਵੀ ਨਹੀਂ, ਕਿਉਂਕਿ ਤੁਸੀਂ ਡਾਕੂਮੈਂਟਸ ਮੰਗਦੇ ਹੋ, ਅੱਜ ਤੁਸੀਂ ਡਾਕੂਮੈਂਟਸ ਮੰਗਦੇ ਹੋ, ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਕੱਲ ਨੂੰ ਤੁਸੀਂ ਨਵਾਂ ਰੂਲ ਚੇਂਜ ਕਰਦੇ, ਤੁਸੀਂ ਤੇ ਏਅਰਪੋਰਟ ਤੋਂ ਚੜ੍ਹਨ ਨਹੀਂ ਦੇਣਾ ਲੋਕਾਂ ਨੂੰ, ਤਾਂ ਬਹੁਤ ਵੱਡਾ ਇਸ਼ੂ ਹੈ ਫਿਰ ਇਹ ਤਾਂ। ਤੁਸੀਂ ਭਾਜੀ ਆਈਲੈਟਸ ਦੀ ਰਿਕੁਆਇਰਮੈਂਟ ਰੱਖ ਰਹੇ ਆ, ਹੈਨਾ, ਕਿਤੇ ਇਹ ਨਹੀਂ ਕਹਿੰਦੇ ਹੈਗੇ, ਜਦੋਂ ਨਿਊਜ਼ ਦਿੰਦੇ ਹੈਗੇ ਆਪਣੇ ਐਮਪੀ ਦਿੰਦੇ ਆ, ਜਿਹੜੇ ਵੀ ਦੇ ਰਹੇ ਨਿਊਜ਼ ਦਿੰਦੇ, ਆਈਲੈਟਸ ਨੂੰ ਬੰਦ ਨਹੀਂ ਕਰਦੇ। ਇੱਕ ਪਾਸੇ ਤੁਸੀਂ ਨਿਊਜ਼ ਚ ਕਹਿੰਦੇ ਹੋ ਕਿ ਸਾਡੇ ਇੱਥੇ ਸਾਰਾ ਬੈਠਾ ਹੀ ਪੰਜਾਬੀ ਮਹਿਕਮਾ ਆ, ਠੀਕ ਆ, ਫਿਰ ਤੁਸੀਂ ਤੁਹਾਨੂੰ ਫਿਰ ਆਈਲੈਟਸ ਦੀ ਲੋੜ ਕੀ? ਜਿਹੜਾ ਆਲਰੇਡੀ ਸਪੈਸ਼ਲ ਵਰਕ ਪਰਮਿਟ ਤੇ ਹੈਗਾ ਉਹਨੂੰ ਤੇ ਆਈਲੈਟਸ ਦੀ ਭਾਜੀ ਲੋੜ ਹੀ ਨਹੀਂ ਬਣਦੀ, ਕਿਉਂਕਿ ਉਹ ਬੰਦਾ ਇੱਥੇ ਕੰਮ ਕਰਨ ਆਇਆ, ਨਾ ਕਿ ਪੜ੍ਹਨ ਆਇਆ, ਪਹਿਲੀ ਗੱਲ, ਠੀਕ ਆ। ਔਰ ਪਿੱਛੇ ਸਟਾਰ ਨਿਊਜ਼ ਦੇ ਵਿੱਚ ਵੀ ਅਹਿਮਦ ਹੁਸੈਨ ਜਿਹੜਾ ਆਪਣਾ 2017 ਦਾ ਇਮੀਗ੍ਰੇਸ਼ਨ ਮਿਨਿਸਟਰ ਸੀਗਾ, ਉਹਨੇ ਇਹ ਚੀਜ਼ ਤੇ ਪੁਆਇੰਟ ਆਊਟ ਕੀਤਾ ਸੀਗਾ ਕਿ ਜਿਹੜਾ ਯੂਰਪ ਦਾ ਸਿਸਟਮ, ਡਾਕੂਮੈਂਟ ਸਿਸਟਮ ਹੈਗਾ ਕਿ 2 ਸਾਲ ਬੰਦਾ ਫੁੱਲ ਟਾਈਮ ਕੰਮ ਕਰਦਾ ਆ, ਟੈਕਸ ਪੇ ਕਰਦਾ ਆ, ਉਹਦਾ ਹੱਕ ਬਣਦਾ ਆ PR ਲੈਣ ਦਾ, ਤੁਸੀਂ ਉਹ ਰੂਲ ਚੱਕ ਕੇ ਇੱਥੇ ਕਿਉਂ ਨਹੀਂ ਲਾਉਂਦੇ? ਪਰ ਆਪਣੇ ਮਿਨਿਸਟਰ ਬੋਲੇ ਤੱਕ ਨਹੀਂ, ਕਿਸੇ ਨੇ ਹਾਮੀ ਨਹੀਂ ਭਰੀ ਉਸ ਚੀਜ਼ ਨੂੰ, ਤੇ ਕਿਉਂ ਨੀ ਆਮੀ ਪੜਦੇ? ਕਿਉਂ? ਕਿਉਂਕਿ ਇਹਨੇ ਦੁਕਾਨਾਂ ਬੰਦ ਹੋ ਜਾਣੀਆਂ, ਅੱਜ ਦੁਕਾਨਾਂ ਬੰਦ ਹੋਈਆਂ, ਇਹਨਾਂ ਕੋਲੋਂ ਮੌਰਗੇਜ ਨਹੀਂ ਭਾਜੀ ਦਿੱਤੀ ਜਾਣੀ ਆ। ਪੰਜਾਬੀ ਤਾਂ ਟਰੂਡੋ ਨੂੰ ਜਿਤਾਉਣ ਦੇ ਲਈ ਪੰਜਾਬ ਚ ਖੰਡ ਪਾਠ ਕਰਦੇ ਆ, ਇੱਥੇ ਗੁਰੂਆਂ ਦੀ ਫੋਟੋ ਤੇ ਥੱਲੇ ਉਹਦੀ ਲਾਈ ਆ, ਧੂਪ ਬੱਤੀ ਕਰਦੇ ਆ, ਵੀ ਇਹ ਤਾਂ ਸਾਡਾ ਰੱਬ ਹੈ, ਤੇ ਕਮਿਊਨਿਟੀ ਕੀ ਕਰ ਰਹੀ ਆ, ਕਮਿਊਨਿਟੀ ਨੂੰ ਕੀ ਹੋਇਆ, ਮਤਲਬ ਇਹ ਰੌਲਾ ਇਹਦਾ ਬਹੁਤ ਵੱਡਾ। ਉਹ ਕਹਿੰਦੇ ਅਸੀਂ ਕਰ ਹੀ ਬਹੁਤ ਕੁਛ ਰਹੇ ਹਾਂ, ਇਹ ਤਾਂ ਕਮਿਊਨਿਟੀ ਲਈ ਤਾਂ ਰੱਬ ਆ ਟਰੂਡੋ ਦੀ ਸਰਕਾਰ। ਅਤੇ ਆਹ ਜਿਹੜਾ, ਕਿਉਂਕਿ ਉਹ 15 ਦੇ ਉਹ ਪਿਛਲੇ, ਜਦ ਤੁਸੀਂ ਆਏ ਹੋ ਜਦ ਤੋਂ ਉਹ ਪਾਵਰ ਦੇ ਵਿੱਚ ਨੇ, ਅਤੇ ਆਹ ਜਿਹੜਾ LMIA ਅਤੇ IELTS ਅਤੇ ਉਹਦੇ ਬਾਅਦ ਇੰਪਲੋਇਰ $1.5 ਲੱਖ ਕੈਸ਼ ਇੱਕ ਪਰਿਵਾਰ ਦੇ ਕੇ ਬੈਠਾ, ਜਿਹੜਾ ਅਬਾਊਟ 2.5 ਲੱਖ ਚੈੱਕ ਦੇ ਬਰਾਬਰ ਆ, ਅਤੇ ਹਲੇ ਵੀ ਸਟੇਟਸ ਲੈਸ ਹੈ, ਪੜ੍ਹਿਆ ਲਿਖਿਆ ਪਰਿਵਾਰ। ਤੁਸੀਂ ਬਿਲੀਵ ਨਹੀਂ ਕਰੋਗੇ, ਮੇਰੇ ਅੱਖਾਂ ਦੇ ਸਾਹਮਣੇ ਗੱਲ, ਇੱਕ ਫੈਮਿਲੀ ਨੇ $80,000 ਕੈਸ਼ ਦਿੱਤਾ ਬੰਦੇ ਨੂੰ, ਸਾਰਾ ਕੁਛ ਬੰਦਾ ਉੱਥੋਂ ਵੇਚ ਵੱਟ ਕੇ ਆਇਆ। ਉਸ ਤੋਂ ਬਾਅਦ ਉਹਨੇ ਆਪਦੀ LMI ਲੈਣੀ ਸੀ ਕਿ ਜਦੋਂ ਉਹਦੇ ਕੋਲ ਡਾਕੂਮੈਂਟ ਮੰਗ ਲਏ, ਸਾਰਾ ਕੁਛ ਮੰਗ ਲਿਆ, ਜਦੋਂ ਉਹਨੇ ਉੱਥੋਂ ਬੰਦੇ ਤੋਂ ਵਰਕ ਪਰਮਿਟ ਮੰਗਿਆ, ਉਹ ਬੰਦਾ ਮੁੱਕਰ ਗਿਆ, ਉਹ ਆ ਕੇ ਰੋਂਦਾ ਪਿੱਟਦਾ ਆਇਆ ਇੱਥੇ, ਇਹ ਗਵਰਨਮੈਂਟ ਨੂੰ ਦਿਸਦਾ ਨੀ?
ਤੇ ਪੈਸੇ ਲੈ ਗਿਆ ਸਾਰੇ ਤੇ ਪਰਮਿਟ ਦਿੱਤਾ ਨੀ ਪ੍ਰੂਫ ਆ ਪਰਮਿਟ ਦਿੱਤਾ ਨੀ ਨਾ ਉਸ ਬੰਦੇ ਕੋਲ ਕੋਈ ਪ੍ਰੂਫ ਆ ਨਾ ਕੁਛ ਨੀ ਹੈਗਾ ਕਿ ਉਹ ਬੰਦਾ ਕੰਪਲੇਂਟ ਕਰ ਸਕੇ ਕੰਪਲੇਂਟ ਪਰ ਕਰੂਗਾ ਕਿੱਥੇ ਕਰੂਗਾ ਸਾਰੇ ਤੇ ਬੰਦੇ ਇਹਨਾਂ ਦੇ ਬਿਠਾਏ ਹੋਏ ਆ ਬਿਲਕੁਲ ਕਿੱਥੇ ਕਰੂ ਨਾ ਕਾਗਜ਼ ਪੱਤਰ ਵੀ ਕੋਈ ਨੀ ਕੀ ਪ੍ਰੂਫ ਦਊਗਾ ਉਹ ਕੈਸ਼ ਹੀ ਲੈਂਦੇ ਹੀ ਕੈਸ਼ ਨੇ ਉਹ ਇੰਪਲੋਇਰ ਦੀ ਕੰਪਲੇਂਟ ਕਰਨ ਜਾਓ ਨਾ ਤੇ ਜਿਹੜੇ ਅੱਗੇ ਡਿਪਾਰਟਮੈਂਟ ਚ ਬੰਦੇ ਬੈਠੇ ਉਹ ਸਿੱਧਾ ਇੰਪਲੋਇਰ ਨੂੰ ਕਾਲ ਕਰਕੇ ਕਹਿ ਦਿੰਦੇ ਕਿ ਤੁਹਾਡੀ ਫਲਾਣਾ ਬੰਦਾ ਇੱਥੇ ਸਾਡੇ ਕੋਲ ਆਇਆ ਦੱਸੋ ਕਰਨਾ ਕੀ ਜਿਹੜੀ ਕੰਪਲੇਂਟ ਲਿਖੀਏ ਕਿ ਨਾ ਲਿਖੀਏ ਆਹ ਕੰਮ ਚੱਲਦਾ ਇੱਥੇ ਸਿਮਰ ਕੀ ਪਾਸੋਂ ਅਸੀਂ ਕਹਿ ਦਈਏ ਕਿ ਅਸੀਂ ਕੈਨੇਡਾ ਬਹੁਤ ਵਧੀਆ ਹੈਗਾ ਸਿਸਟਮ ਬਹੁਤ ਸੋਹਣਾ ਹੈਗਾ ਇੱਥੇ ਕਿੱਦਾਂ ਕਹਿ ਦਈਏ ਅਸੀਂ ਕਿੰਨੇ ਕੁ ਪਰਿਵਾਰ ਹੋਣਗੇ ਤੁਹਾਡੇ ਵਰਗੇ ਜੀ ਜੇ ਸਰੀ ਚ ਦੇਖੀਏ ਭਾਜੀ ਬਹੁਤ ਬਹੁਤ ਜ਼ਿਆਦਾ ਪਰ ਪ੍ਰੋਬਲਮ ਇਹੀ ਆ ਕਿ ਇਹ ਲੋਕ ਜਿਹੜੇ ਆ ਨਾ ਇਹ ਬੋਲਦੇ ਨੀ ਇਹ ਸੀ ਉੱਥੇ ਇਕੱਠੇ ਹੁੰਦੇ ਜਾ ਕੇ ਜਿੱਥੇ ਗਾਉਣ ਵਜਾਉਣ ਵਾਲੇ ਆ ਜਾਣਗੇ ਜੇ ਅੱਜ ਨਗਰ ਕੀਰਤਨ ਕਰੋ ਤਾਂ 2 ਲੱਖ ਬੰਦਾ 2.5 ਲੱਖ ਬੰਦਾ ਪਹੁੰਚਿਆ ਹੋਊਗਾ ਉੱਥੇ ਪਰ ਜਿੱਥੇ ਆਪਣੇ ਹੱਕ ਦੀ ਗੱਲ ਕਰਨੀ ਆ ਨਾ ਇਹ ਲੋਕਾਂ ਨੇ ਬੋਲਣਾ ਨੀ ਉੱਥੇ ਅੰਦਰ ਘੁੱਟੀ ਜਾਣਗੇ ਪਿੱਟੀ ਜਾਣਗੇ ਪਰ ਇਹ ਪਬਲਿਕ ਚ ਆ ਕੇ ਬੋਲਣਗੇ ਨੀ ਇਹ ਇਕੱਠੇ ਨੀ ਹੋਣਗੇ ਕਮਾਲ ਹੋ ਗਈ ਸਿਮਰ ਹੋਰ ਕੁਛ ਕੀ ਦੱਸਣਾ ਚਾਹੁੰਦੇ ਹੋ ਅਖੀਰ ਦੇ ਵਿੱਚ ਸੁਣਨ ਵਾਲਿਆਂ ਨੂੰ ਭਾਜੀ ਇਹੀ ਕਹਿੰਦੇ ਆ ਕਿ ਜੇ ਤੇ ਗਵਰਨਮੈਂਟ ਨੇ ਕੁਛ ਕਰਨਾ ਆ ਹੈ ਨਾ ਤੇ ਸਿੱਧਾ ਓਪਨ ਕਰੇ ਆ ਤਿਲ ਤਿਲ ਕਰਕੇ ਲੋਕਾਂ ਨੂੰ ਮਾਰਨਾ ਬੰਦ ਕਰੇ ਕਿਉਂਕਿ ਬੱਚੇ ਵੀ ਪਰੇਸ਼ਾਨ ਹੋ ਰਹੇ ਇੱਕ ਬੰਦੇ ਤੁਸੀਂ ਕਹਿੰਦੇ ਹੋ ਕਿ ਆਉਣ ਵਾਲੇ ਬੱਚੇ ਸਾਡਾ ਫਿਊਚਰ ਆ ਰਾਈਟ ਪਰ ਦੂਜੇ ਬੰਦੇ ਤੁਸੀਂ ਬੱਚਿਆਂ ਨਾਲ ਕਰ ਕੀ ਰਹੇ ਹੋ ਉੱਥੇ ਬੱਚੇ ਉੱਡਦੇ ਆ ਉੱਡਦੇ ਸਾਰੀ ਪੁੱਛਦੇ ਕਿ ਅਸੀਂ ਸਵੇਰ ਨੂੰ ਸਕੂਲ ਜਾਵਾਂਗੇ ਕਿ ਨਹੀਂ ਜਾਵਾਂਗੇ ਸਾਡੇ ਕੋਲ ਡਾਕੂਮੈਂਟ ਹੈਗੇ ਕਿ ਨਹੀਂ ਹੈਗੇ ਆ ਅਸੀਂ ਬਿਮਾਰ ਹੋ ਗਏ ਅਸੀਂ ਹਸਪਿਟਲ ਜਾ ਸਕਦੇ ਕਿ ਨਹੀਂ ਜਾ ਸਕਦੇ ਬੱਚੇ ਫਰਸਟ੍ਰੇਟ ਹੋ ਗਏ ਇੱਥੇ ਜਿਹੜੇ ਵਰਕ ਪਰਮਿਟ ਤੇ ਬੈਠੀ ਹੋਈ ਆ ਪਬਲਿਕਾਂ ਇਹ ਕਿਉਂ ਨੀ ਓਪਨ ਇਮੀਗ੍ਰੇਸ਼ਨ ਖੋਲ ਕੇ ਦਿੰਦੇ ਇੱਕ ਦਿਨ ਦਾ ਕੰਮ ਹੈ ਭਾਜੀ ਜੇ ਅੱਜ ਇਹ ਇਮੀਗ੍ਰੇਸ਼ਨ ਓਪਨ ਇਮੀਗ੍ਰੇਸ਼ਨ ਖੋਲਦੀ ਆ ਨਾ ਅੱਜ ਜਿੰਨਾ ਬੈਕਲੋਗ ਹੈਗਾ ਸਾਰਾ ਕਲੀਅਰ ਹੁੰਦਾ ਇਹਨਾਂ ਦਾ ਜਿੰਨੇ ਲੋਕਾਂ ਦੇ ਕੋਲ ਡਾਕੂਮੈਂਟ ਹੈਗੇ ਆ ਸਾਰੇ ਆਪਣੇ ਲੀਗਲ ਤੌਰ ਤੇ ਆਉਂਦੇ ਆ ਕੋਈ ਏਦਾਂ ਦਾ ਨੀ ਹੈਗਾ ਕਿ ਹਾਂ ਕਿਸੇ ਨੇ ਕ੍ਰਾਈਮ ਕੀਤਾ ਜੋ ਤੁਹਾਡੀ ਇਨਵੈਸਟੀਗੇਸ਼ਨ ਆ ਤੁਸੀਂ ਬਾਅਦ ਚ ਵੀ ਤੇ ਕਰ ਸਕਦੇ ਪਰ ਇੱਕ ਸਟੇਟਸ ਤੇ ਦਓ ਬੰਦੇ ਨੂੰ ਉਤਰਨ ਵਾਸਤੇ ਕਲਾਸ 1 ਦੇ ਲਾਇਸੈਂਸ ਕੀਤੇ ਹੋਏ ਹੈਗੇ ਪਰ ਫਾਇਦਾ ਕਿਸੇ ਨਾ ਚੀਜ਼ਾਂ ਦਾ ਕਰਨ ਦਾ ਕੋਈ ਫਾਇਦਾ ਨੀ ਹੈਗਾ ਕਿਉਂਕਿ ਤੁਸੀਂ ਯੂਜ਼ ਨੀ ਕਰ ਸਕਦੇ ਹੋ ਚੀਜ਼ਾਂ ਕਿਤੇ ਵੀ ਧੰਨਵਾਦ ਸਿਮਰ ਗੱਲ ਕਰਨ ਲਈ ਤੁਸੀਂ ਜਦ ਵੀ ਚਾਹੋ ਤੁਹਾਡੇ ਕੋਲ ਕੰਟੈਕਟ ਹੈ ਪਲੀਜ਼ ਲੈਟ ਅਸ ਨੋ ਅਸੀਂ ਇਸ ਆਵਾਜ਼ ਨੂੰ ਚੁੱਕਾਂਗੇ ਜਦ ਵੀ ਤੁਹਾਨੂੰ ਜ਼ਰੂਰਤ ਹੈ ਅਤੇ ਮੈਂ ਇਸ 'ਤੇ ਕੰਮ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਇੱਕ 5th ਸਟੇਟ ਨੇ ਬਹੁਤ ਵੱਡੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਛਾਪੀ ਹੈ ਮਾਰਕ ਕੈਲੀ ਨੇ ਜਿਹਨੇ ਜਾ ਕੇ ਕੈਮਰਿਆਂ ਦੇ ਵਿੱਚ ਵੀਡੀਓ ਬਣਾਈ ਪੰਜਾਬ ਦੇ ਵਿੱਚ ਵੀ ਜਾ ਕੇ ਵੀ ਕਿਵੇਂ 2 ਕਾਲਜਸ ਅਤੇ ਹਜ਼ਾਰਾਂ ਹੀ ਬੱਚੇ ਜਿਹੜੇ ਰੁੜ ਰਹੇ ਨੇ ਅਲਫਾ ਇੰਟਰਨੈਸ਼ਨਲ ਅਕੈਡਮੀ ਦੇ ਵਿੱਚ ਸੇਂਟ ਲਾਰੈਂਸ ਕਾਲਜ ਦੇ ਵਿੱਚ ਇੱਕ ਅਪਲਾਈ ਬੋਰਡ ਬਹੁਤ ਵੱਡੀ ਕੰਪਨੀ ਜਿਹੜੀ ਦੁਨੀਆ ਦੇ ਵਿੱਚੋਂ ਇਹ ਬੱਚਿਆਂ ਨੂੰ ਲੈ ਕੇ ਆ ਰਹੀ ਆ 30-30, 40-40 ਹਜ਼ਾਰ ਫੀਸ ਜ਼ਮੀਨਾਂ ਵਿਕ ਰਹੀਆਂ ਨੇ ਘਰ ਬਾਰ ਵਿਕ ਰਹੇ ਨੇ ਮਾਪੇ ਧੀਆਂ ਨੂੰ 19-19 ਵਰ੍ਹਿਆਂ ਦੀਆਂ ਨੂੰ ਕਹਿੰਦੇ ਨੇ ਹੁਣ ਮੁੜ ਕੇ ਨਾ ਆਇਓ ਕੁਛ ਕਰਿਓ ਇੱਥੇ ਉੱਥੇ ਹਰ ਰੋਜ਼ ਵੀਡੀਓ ਚੈਟ ਕਰਕੇ ਕਹਿੰਦੇ ਨੇ ਤਕੜੇ ਰਹੋ ਤਕੜੇ ਰਹੋ ਜਵਾਕੜੀਆਂ ਮੈਂਟਲ ਇਲਨੈਸ ਜਾ ਰਹੀਆਂ ਨੇ ਐਕਸਪਲਾਈਟੇਸ਼ਨ ਹੋ ਰਹੀ ਹੈ ਡਰੱਗ ਐਡਿਕਸ਼ਨ 4-4, 5-5 ਸਰੀਰ ਜਿਹੜੇ ਨੇ ਸੁਈਸਾਈਡ ਕਰਕੇ ਖੁਦਕੁਸ਼ੀ ਕਰਕੇ ਇੱਕ ਇਹਦੇ ਵਿੱਚ ਨਿਰਲੇਪ ਗਿੱਲ ਉਹਨਾਂ ਨੇ ਬਰੈਂਪਟਨ ਦੇ ਵਿੱਚ ਉਹ ਸੁਸਾਇਟੀ ਚਲਾਉਂਦੇ ਕਹਿੰਦੇ ਲੋਟਸ ਫਿਊਨਰਲ ਹਾਲ ਆ ਉੱਥੋਂ 4-5 ਐਵਰੇਜ ਬੋਡੀਜ਼ ਅਸੀਂ ਪੰਜਾਬ ਨੂੰ ਭੇਜ ਰਹੇ ਹਾਂ ਜਿਹੜੇ ਬੱਚੇ ਖੁਦਕੁਸ਼ੀਆਂ ਕਰ ਰਹੇ ਨੇ ਸੋ ਇਹ ਬਹੁਤ ਵੱਡਾ ਇੱਕ ਇਸ਼ੂ ਆ ਜਿਹਦੇ 'ਤੇ ਬਿਲਕੁਲ ਪਿੱਠ ਕਮਿਊਨਿਟੀ ਜਿਹੜੀ ਗੌਰਮੈਂਟ ਕਰੀ ਬੈਠੀ ਆ ਅਤੇ ਉਲਟਾ ਗੌਰਮੈਂਟ ਇਹ ਲੋਕ ਇਹ ਕਹਿ ਰਹੇ ਨੇ ਵੀ ਟਰੂਡੋ ਤਾਂ ਸਾਡਾ ਰੱਬ ਹੈ ਇਹਦੇ ਪਿਤਾ ਨੇ ਸਾਨੂੰ ਲੈ ਕੇ ਆਇਆ ਇੱਥੇ ਹੁਣ ਇਹਨੇ ਸਾਨੂੰ ਇਮੀਗ੍ਰੇਸ਼ਨ ਖੋਲ੍ਹਤੀ ਵਰਕ ਪਰਮਿਟ ਖੋਲ੍ਹਤੇ ਵੀਜ਼ੇ ਖੋਲ੍ਹਤੇ ਪਰ ਉਹਨਾਂ ਦਾ ਹਾਲਤ ਕੀ ਹੈ ਉਹ ਸਿਮਰ ਦੱਸ ਕੇ ਹਟੇ ਸਿਮਰ ਸ਼ੁਭ ਸ਼ਾਮ ਆ ਤੁਹਾਨੂੰ ਥੈਂਕ ਯੂ ਭਾਜੀ ਇੱਕ ਚੀਜ਼ ਹੋਰ ਕਹਿਣਾ ਚਾਹਾਂਗੇ ਅਸੀਂ ਇਹ ਰਿਕੁਐਸਟ ਕਰਦੇ ਕਿ ਜਦੋਂ ਤੁਸੀਂ ਇਮੀਗ੍ਰੇਸ਼ਨ ਮਿਨਿਸਟਰ ਨਾਲ ਗੱਲ ਹੁੰਦੀ ਹੈ ਉਹਨੂੰ ਕਿ ਜੇ ਨਹੀਂ ਯਕੀਨ ਹੈਗਾ ਇੱਕ ਵਾਰੀ ਪੂਰੇ ਕੈਨੇਡਾ ਦੇ ਵਿੱਚ ਆਪਣਾ ਟਾਈਮ ਫਿਕਸ ਕਰਦੇ ਜ਼ੂਮ ਮੀਟਿੰਗ ਦੇਖ ਲੈ ਪਬਲਿਕ ਨੂੰ ਇੰਨੇ ਕੁ ਕਮੈਂਟ ਕਰਨਗੇ ਨਾ ਲੋਕਾਂ ਨੇ ਭਾਜੀ ਇਹਨਾਂ ਤੋਂ ਕਮੈਂਟ ਪੜੇ ਨਹੀਂ ਜਾਣੇ ਜਾਂ ਕੋਈ ਏਦਾਂ ਦੀ ਮੀਟਿੰਗ ਫਿਕਸ ਕਰੋ ਕਿ ਤੁਸੀਂ ਗਰਾਊਂਡ ਲੈਵਲ ਤੇ ਆ ਕੇ ਪਬਲਿਕ ਨਾਲ ਗੱਲ ਕਰਕੇ ਦੇਖੋ ਤੁਸੀਂ ਐਮਪੀ ਪਰੇ ਕਰ ਦੋ ਠੀਕ ਹੈ ਸਾਨੂੰ ਨੀ ਪਤਾ ਐਮਪੀ ਉੱਤੇ ਜਾ ਕੇ ਕੀ ਗੱਲਾਂ ਕਰ ਰਹੇ ਕੀ ਦੱਸ ਰਹੇ ਗਰਾਊਂਡ ਲੈਵਲ ਦੀ ਕਿਹੜੀ ਸਿਚੁਏਸ਼ਨ ਦੱਸ ਰਹੇ ਆ ਰਾਈਟ ਪਰ ਇੱਕ ਵਾਰੀ ਖੁਦ ਮਿਨਿਸਟਰ ਆ ਕੇ ਗਰਾਊਂਡ ਲੈਵਲ ਦੇ ਉੱਤੇ ਪਹਿਲਾਂ ਅਨਾਊਂਸ ਕਰੇ ਕਿ ਅਸੀਂ ਅੱਜ ਸਰੀ ਚ ਆਉਣਾ ਹੈਗਾ ਆ ਜਿੰਨੇ ਪਬਲਿਕ ਹੈਗੇ ਇਕੱਠੇ ਕਿੱਦਾਂ ਨਾਲ ਲੋਕੀ ਇਕੱਠੇ ਹੋਣਗੇ ਭਾਜੀ ਬਿਲਕੁਲ ਓਪਨ ਵੈਨਿਊ ਰੱਖ ਕਿਤੇ ਤੇ ਲੋਕਾਂ ਨੂੰ ਕਹੇ ਵੀ ਆਓ ਭਾਈ
ਇੱਥੇ ਵੈਨਕੂਵਰ ਵਾਲੇ ਇੱਥੇ ਆ, ਟੋਰਾਂਟੋ ਵਾਲੇ ਇੱਥੇ ਆ, ਸੁਣੇ ਤਾਂ ਸਹੀ ਕਿਸੇ ਦੇ ਸਾਹਮਣੇ, ਬਿਲਕੁਲ ਗੱਲ ਤੇ ਸੁਣੋ ਤੁਸੀਂ, ਯੈਸ ਬਿਲਕੁਲ, ਪਲੀਜ਼ ਕਰੋ ਕੁਛ, ਜੇ ਕੁਛ ਕਰਨਾ, ਨਹੀਂ ਤੇ ਭਾਜੀ ਐਂਡ ਆਫ ਦਾ ਈਅਰ ਇਹੀ ਇਹਨਾਂ ਨੇ ਅਨਾਊਂਸ ਕਰ ਦੇਣਾ ਕਿ ਅਸੀਂ 5 ਲੱਖ 4.5 ਲੱਖ ਬੰਦਾ ਅਸੀਂ ਪੇਪਰਾਂ 'ਚ ਪੂਰਾ ਕਰ ਦੇਣਾ, ਕਿੱਥੋਂ ਪੂਰਾ ਹੋਣਾ ਇਹ ਕਿਸੇ ਨੂੰ ਸਮਝ ਨਹੀਂ ਆਉਣੀ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸਿਮਰ। This is Sherry Punjab Radio, AM 600, Vancouver.